ਸਤਿ ਸ਼੍ਰੀ ਅਕਾਲ ਜੀ ਸਿੰਘ ਵੱਲੋਂ ਸਾਰਿਆਂ ਨੂੰ ਹੋਰ ਸਾਰੇ ਕਿਵੇਂ ਠੀਕ ਠਾਕ ਹੋ ਹੋਪ ਕਰਦਾ ਠੀਕ ਹੋਵੋਗੇ ਮੈਂ ਤੁਹਾਡਾ ਆਪਣਾ ਜਾਦੀ ਵੈਲਕਮ ਹੈ ਤੁਹਾਡਾ ਸਾਡੇ ਅੱਜ ਦੇ ਨਵੇਂ ਵਲੋਗ ਵਿੱਚ ਅੱਜ ਵੀ ਆਪਾਂ ਵਲੋਗ ਜਿਹੜਾ ਗੱਡੀ 'ਚੋਂ ਹੀ ਸ਼ੁਰੂ ਕਰਨੇ ਹਾਂ ਅਤੇ ਅੱਜ ਆਪਾਂ ਚੱਲੇ ਹਾਂ ਡੇਰੇ ਜਿਹੜਾ ਸੰਤ ਰਾਮ ਰਹੀਮ ਦਾ ਡੇਰਾ ਆ ਉੱਥੇ ਚੱਲੇ ਹਾਂ ਤੁਹਾਨੂੰ ਵਿਖਾ ਕੇ ਲਿਆਉਂਦੇ ਹਾਂ ਕੀ ਹਿਸਾਬ ਕਿਤਾਬ ਆ ਛੋਟਾ ਮੋਟਾ ਜਿਹਾ ਵੀ ਜਿੱਦਾਂ ਵੀ ਮੈਦਾ ਪਰਮਿਸ਼ਨ ਤਾਂ ਹੈਗੀ ਨਹੀਂ ਗੀ ਵੀ ਆਪਾਂ ਜੋ ਪ੍ਰੋਪਰ ਦਿਖਾ ਸਕੀਏ ਵੀ ਆਪਾਂ ਜਿੰਨਾ ਕੁ ਵਿਖਾ ਸਕਦੇ ਗੱਡੀ 'ਚ ਬੈਠੇ ਬੈਠੇ ਉਨਾ ਕੁ ਤੁਹਾਨੂੰ ਦਿਖਾਵਾਂਗੇ ਅਤੇ ਇਨਫੋਰਮੇਸ਼ਨ ਵਾਲਾ ਵਲੋਗ ਹੋਣ ਵਾਲਾ ਤੁਸੀਂ ਵੇਖਿਓ ਜੁੜੇ ਰਹੋ ਉਸ ਤੋਂ ਬਾਅਦ ਚੱਲਾਂਗੇ ਆਪਾਂ ਸ਼ਹਿਰ ਜਾਵਾਂਗੇ ਸ਼ਹਿਰ ਜਾ ਕੇ ਇੱਕ ਤਾਂ ਮਤਲਬ ਕਿ ਕੋਈ ਜ਼ਰੂਰੀ ਕੰਮ ਆ ਜਿਵੇਂ ਆਈਫੋਨ ਦਾ ਪਤਾ ਕਰਨਾ ਇੱਕ ਤਾਂ ਇੱਕ ਅੱਧੀ ਚੀਜ਼ ਹੋਰ ਆ ਉਹ ਚੀਜ਼ ਉਹ ਵੀ ਤੁਹਾਨੂੰ ਖਾਵਾਂਗੇ ਜੁੜੇ ਰਹੋ ਚਲੋ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਓਕੇ ਜੀ ਆਹ ਵੇਖ ਲਓ ਸ਼ਾਹ ਜੀ ਸਾਡਾ ਡੇਰੇ ਵਾਲੇ ਬਾਬੇ ਦਾ ਸੱਚਾ ਸੌਦਾ ਇਹ ਡੇਰਾ ਆ ਵੱਡਾ ਡੇਰਾ ਜਿਹੜਾ ਮੇਨ ਡੇਰਾ ਕਹਿੰਦੇ ਹੁੰਦੇ ਆ ਇਹ ਸਾਰਾ ਉਹੀ ਚੱਲਣ ਦਿਆ ਵੇਖ ਲਓ ਆਪੇ ਹੁਣ ਕੀ ਹਿਸਾਬ ਕਿਤਾਬ ਆ ਆਹ ਸਾਰਾ ਬੰਦ ਕੀਤਾ ਪਿਆ ਸੀ ਨਾ ਸਾਰਾ ਜਦੋਂ ਬਾਬੇ ਨੂੰ ਫੜਨਾ ਸੀ ਇੱਧਰ ਹੀ ਤੁਹਾਡਾ ਉਹ ਸਕੂਲ ਹੁੰਦਾ ਸੀ ਡੇਰੇ ਵਾਲਾ ਹੈ ਨਾ ਹੋਸਪਿਟਲ ਲੈਣਾ ਇੱਥੇ ਆਇਆ ਸੀ ਉਦੋਂ ਮੈਂ ਦੱਸ ਨਹੀਂ ਸਕਦੇ ਬਸ ਹੁਣ ਕਿਉਂ ਆਏ ਸੀ ਇੱਥੇ ਸ਼ਾਹ ਸਤਨਾਮ ਜੀ ਸਪੈਸ਼ਲਿਟੀ ਹੋਸਪਿਟਲਸ ਜਿਹੜੇ ਘਰ ਘੁਰ ਜੇ ਇੱਧਰੋਂ ਆ ਕਿ ਕੀ ਹੈ ਕੀ ਚੀਜ਼ ਹੈ ਹੈ ਘਰ ਆ ਆ ਬਾਬੇ ਦੀ ਆ ਉਹ ਮਤਲਬ ਘਰ ਜਿੱਥੇ ਬਾਬਾ ਰਹਿੰਦਾ ਸੀ ਉਹ ਗੁਲਾਬੀ ਆ ਉਹਦੇ ਪਿਛਲੇ ਬੰਨੇ ਉਹ ਹਰੀ ਬਿਲਡਿੰਗ ਵਾਲਾ ਉਹ ਸਕੂਲ ਜਿੱਥੇ ਤੁਸੀਂ ਪੜ੍ਹਦੇ ਹੁੰਦੇ ਤੇ ਉਹ ਏਸੀ ਵਾਲਾ ਜਿਹੜਾ ਫੋਰਨਰ ਰਸਤੇ ਸੀ ਉਹ ਵੀ ਇੱਧਰ ਹੀ ਆ ਪਿੱਛੇ ਪਿੱਛੇ ਬੱਲੇ ਬੱਲੇ ਇਹਦੀ ਆਪਦੀ ਕਰੰਸੀ ਚੱਲਦੀ ਹੁੰਦੀ ਸੀ ਹਨਾ ਇੱਥੇ ਬਾਹਰ ਆਪਣਾ ਤੇ ਆਪਾਂ ਨੂੰ ਐਕਸਚੇਂਜ ਕਰਕੇ ਲਿਆਉਣੀ ਪੈਂਦੀ ਸੀ ਅੰਦਰ ਡੇਰੇ ਦੇ ਕੋਈ ਵੀ ਆਏ ਭਾਵੇਂ ਛੋਟਾ ਹੋਵੇ ਭਾਵੇਂ ਇੱਥੇ ਹੋਵੇ ਹਨਾ ਕਰੰਸੀ ਚਲਾਈ ਹੋਈ ਸੀ ਬਾਬੇ ਨੇ ਆਪਦੀ ਦੁਨੀਆ ਸੀ ਡੇਰੇ ਦੇ ਪਿਛਲੇ ਬੰਨੇ ਹੀ ਆ ਜਿੱਥੇ ਬਾਬਾ ਰਹਿੰਦਾ ਹੁੰਦਾ ਸੀ ਬੰਦ ਕਰਦਾ ਕੋਈ ਨਾ ਗਰਲਸ ਕਾਲਜ ਆਹ ਵਾਲਾ ਸਹੀ ਆ ਹਾਂ ਗਰਲਸ ਕਾਲਜ ਆ ਆਪਾਂ ਇੱਥੇ ਕਰਨੀ ਆਏ ਹਾਂ ਅਸੀਂ ਕੋਈ ਜ਼ਰੂਰੀ ਕੰਮ ਲਓ ਜੀ ਗਾਈਜ਼ ਆ ਹੈਗੀ ਆ ਘਰ ਇੱਥੇ ਮਤਲਬ ਕਿ ਜਿਹੜੇ ਲੋਕਾਂ ਨੇ ਆਪ ਪਲਾਟ ਲੈ ਕੇ ਵੀ ਬਣਾਏ ਹੋਏ ਆ ਇਹ ਸਾਰੇ ਡੇਰੇ ਦੇ ਅੰਦਰ ਹੀ ਆਉਂਦੇ ਆ ਰਹਿੰਦੇ ਆ ਪੂਰੇ ਚਲੋ ਮਿਲਦੇ ਹਾਂ ਤੁਹਾਨੂੰ ਅੱਗੇ ਜਾ ਕੇ ਬਾਬੇ ਦੇ ਮੁੰਡੇ ਦੀ ਕੋਠੀ ਇੱਥੇ ਰਹਿੰਦਾ ਬਾਹਰ ਆ ਵੀ ਸਾਰੀ ਹੈ ਕਿਆ ਬਾਤ ਹੈ ਕ੍ਰਿਕਟ ਅਕੈਡਮੀ ਇੰਟਰਨੈਸ਼ਨਲ ਸਟੇਡੀਅਮ ਹੈ ਸੀ ਹੈ ਹੀ ਵਾਲਾ ਵਿਰਾਟ ਕੋਹਲੀ ਅੱਗੇ ਇੱਥੇ ਆਉਂਦੇ ਰਹੇ ਉਹਦਾ 7 ਸਟਾਰ ਹੋਟਲ ਹੈ ਆ ਵਾਲਾ ਬੱਲੇ ਬੱਲੇ ਮੈਂ ਤਾਂ ਪਹਿਲੀ ਵਾਰੀ ਆਇਆ ਭਰਾਵਾ ਇੰਨੇ ਸਾਲ ਹੋ ਗਏ ਆ ਆ ਇੰਟਰਨੈਸ਼ਨਲ ਸਕੂਲ ਉਹੀ ਜਿਹੜਾ ਏਸੀ ਵਾਲਾ ਬਈ ਇੰਟਰਨੈਸ਼ਨਲ ਬੱਚਾ ਵਾਸਤੇ ਉਹ ਆਇਆ ਬੱਲੇ ਬੱਲੇ ਸ਼ਰਾਈ ਲਾਇਆ ਮੈਂ ਬਾਬੇ ਨੇ ਦਿਆ ਹਾਂ ਮੈਂ ਪਹਿਲਾਂ ਤੁਹਾਡੇ ਸਕੂਲ ਤੱਕ ਆਉਂਦਾ ਹਾਂ ਉੱਥੇ ਹੀ ਮੁੜ ਜਾਂਦਾ ਹੁੰਦਾ ਹਾਂ ਜਾਂ ਹਸਪਤਾਲ ਆਏ ਬਸ ਇੱਥੇ ਤੇ ਆਹ ਚੀਜ਼ਾਂ ਤਾਂ ਕਦੇ ਵੇਖੀਆਂ ਹੀ ਨਹੀਂ ਇੰਨੇ ਸਾਲ ਹੋ ਗਏ
ਕਰਾ ਦਾ ਪੂਰਾ ਮਤਲਬ ਕਿ ਆਪਣੀ ਪੂਰੀ ਸ਼ਹਿਰ ਹੀ ਬਣਾਈ ਦੇਸ਼ ਹੀ ਬਣਾਈ ਫਿਰਦਾ ਹੀ ਆਪਣਾ ਤੇ ਪੂਰਾ ਹੀ ਹਨਾ ਲਓ ਜੀ ਗਾਇਜ਼ ਐਪਲ ਵਾਲਾ ਤਾਂ ਕੰਮ ਹੋ ਗਿਆ ਆਪਣਾ ਸਾਊਂਡ ਦਾ ਇਸ਼ੂ ਆ ਗਿਆ ਸੀ 12 ਪ੍ਰੋ 'ਚ ਸਪੀਕਰ ਵਾਲਾ ਅਤੇ ਉਹ ਕਹਿੰਦੇ ਵੀ ਤੁਹਾਡਾ ਜੇ ਬਿਨਾਂ ਬਿੱਲ ਤੋਂ ਵਾ ਫਿਰ ਤਾਂ 27,000 ਰੁਪਇਆ ਲੱਗੂਗਾ ਜੇ ਬਿੱਲ ਹੈਗਾ ਫਿਰ ਭਾਵੇਂ ਫ੍ਰੀ ਹੋ ਜਾਵੇ ਹੁਣ ਵੇਖਣਾ ਆਪਣਾ ਬਿੱਲ ਹੈਗਾ ਕਿ ਨਹੀਂ ਹੈਗਾ ਚਲੋ ਮਿਲਦੇ ਤੁਹਾਨੂੰ ਅੱਗੇ ਜਾ ਕੇ ਲਓ ਜੀ ਗਾਈਜ਼ ਆਪਾਂ ਤੁਰ ਪਏ ਹਾਂ ਹੁਣ ਮਤਲਬ ਉੱਧਰ ਕੰਮ ਕੁੰਮ ਜੇ ਨਿਪਟਾ ਕੇ ਡੇਰੇ ਵਾਲਾ ਵੀ ਤੁਸੀਂ ਵੇਖ ਲਿਆਊਗਾ ਅਤੇ ਉਹ ਵੀ ਵੇਖ ਲਿਆਊਗਾ ਜਿਹੜਾ ਆਪਾਂ ਐਪਲ ਗਏ ਸੀ ਅਤੇ ਹੁਣ ਚੱਲੇ ਆਪਾਂ ਚਾਏ ਚੂਰੀ ਕੈਫੇ ਕੁਛ ਖਾਣ ਪੀਣ ਅਤੇ ਮਿਲਦੇ ਹੁਣ ਤੁਹਾਨੂੰ ਅੱਗੇ ਜਾ ਕੇ ਚਲੋ ਜੀ ਲਓ ਜੀ ਗਾਈਜ਼ ਸਾਡਾ ਔਡਰ ਆ ਗਿਆ ਚਾਏ ਚੂਰੀ ਕੈਫੇ 'ਤੇ ਬੈਠੇ ਹਾਂ ਹਾਂ ਐਂਬੀਅੰਸ ਹੈ ਜੀ ਚਾਏ ਚੂਰੀ ਕੈਫੇ ਦਾ ਥੱਲੋਂ ਅਤੇ ਥੱਲੋਂ ਇਹ ਫੈਮਲੀ ਹੋ ਲਿਆ ਤਾਂ ਉਹਨਾਂ ਚਿਰ ਤੁਸੀਂ ਇੰਜੋਏ ਕਰੋ ਆਪਾਂ ਖਾ ਕੇ ਫਿਰ ਮਿਲਦੇ ਤੁਹਾਨੂੰ ਲਓ ਜੀ ਗਾਈਜ਼ ਆਪਾਂ ਤੁਰ ਪਏ ਹਾਂ ਹੁਣ ਉੱਥੋਂ ਚਾਹ ਚੂਹ ਪੀ ਲਈ ਆਪਾਂ ਜਿੱਦਾਂ ਕਿ ਤੁਸੀਂ ਵੇਖਿਆ ਹੋਪ ਕਰਦਾ ਐਂਬੀਅੰਸ ਵੀ ਇੰਜੋਏ ਕੀਤਾ ਹੋਊਗਾ ਤੁਸੀਂ ਉਹਨਾਂ ਦਾ ਬਾਕੀ ਹੁਣ ਚੱਲੇ ਆਪਾਂ ਇੱਕ ਥਾਂ 'ਤੇ ਜ਼ਰੂਰੀ ਉਹ ਆਪਾਂ ਤੁਹਾਨੂੰ ਦੱਸ ਨਹੀਂ ਸਕਦੇ ਅਤੇ ਚੱਲਦੇ ਹਾਂ ਅਤੇ ਮਿਲਦੇ ਹਾਂ ਤੁਹਾਨੂੰ ਅੱਗੇ ਜਾ ਕੇ ਓਕੇ ਜੀ ਲਓ ਜੀ ਗਾਈਜ਼ ਜਿੱਦਾਂ ਕਿ ਤੁਸੀਂ ਵੇਖਿਆ ਆਪਾਂ ਪਹੁੰਚ ਗਏ ਘਰੇ ਹੋਪ ਕਰਦਾ ਤੁਸੀਂ ਇੰਜੋਏ ਕੀਤਾ ਹੋਊਗਾ ਸਾਡੇ ਅੱਜ ਦੇ ਵਲੌਗ ਨੂੰ ਜੇ ਕੋਈ ਵੀ ਚੀਜ਼ ਸੁਜੈਸਟ ਐਪਰੀਸ਼ੀਏਟ ਕਰਨੀ ਹੈ ਤਾਂ ਜ਼ਰੂਰ ਕਮੈਂਟ ਕਰਕੇ ਦੱਸਿਓ ਬਾਕੀ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਵੀ ਜ਼ਰੂਰ ਕਰਿਓ ਹੈ ਨਾ ਅਤੇ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਥੈਂਕ ਯੂ ਸੋ ਮੱਚ ਫੋਰ ਵਾਚਿੰਗ ਗਾਈਜ਼ ਮਿਲਦੇ ਹਾਂ ਹੁਣ ਤੁਹਾਨੂੰ ਕੱਲ੍ਹ ਨੂੰ ਅਗਲੇ ਨਵੇਂ ਵਲੌਗ 'ਚ ਓਕੇ